ਇਸ ਤਰ੍ਹਾਂ ਦੇ ਮਸਾਲੇਦਾਰ ਕਰੇਲੇ ਪਿਆਜ਼ ਤੇ ਆਲੂ ਦੀ ਸਬਜ਼ੀ ਇੱਕ ਵਾਰੀ ਬਣਾ ਲਓਗੇ ਤੇ ਹਰ ਵਾਰੀ ਕਰੇਲੇ ਇਸੇ ਤਰ੍ਹਾਂ ਹੀ ਬਣਾਓਗੇ। ਕਰੇਲੇ ਕੌੜੇ ਨਹੀਂ ਬਣਨਗੇ ਬਲਕਿ ਬਹੁਤ ਹੀ ਸਵਾਦ ਬਣਨਗੇ। ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ। ਜਿਹਦੇ ਵਾਸਤੇ ਮੈਂ ਇੱਥੇ ਲੈ ਰਹੀ ਹਾਂ ਛਿੱਲੇ ਹੋਏ ਇੱਕਦਮ ਤਾਜ਼ੇ ਤਾਜ਼ੇ 700 ਗ੍ਰਾਮ ਕਰੇਲੇ ਤੇ ਕਰੇਲਿਆਂ ਨੂੰ ਛਿੱਲ ਕੇ ਨਾ ਮੈਂ ਦੋਨੋਂ ਸਾਈਡਾਂ ਤੋਂ ਨਾ ਥੋੜ੍ਹਾ ਥੋੜ੍ਹਾ ਜਿਹਾ ਕੱਟ ਲਿਆ ਤੇ ਤਕਰੀਬਨ ਕਰੇਲਿਆਂ ਜਿੰਨੇ ਹੀ ਯਾਨੀ ਕਿ 700 ਗ੍ਰਾਮ ਹੀ ਮੈਂ ਲਏ ਨੇ ਇੱਥੇ ਛਿੱਲੇ ਹੋਏ ਪਿਆਜ਼ ਤੇ ਨਾਲ ਹੀ ਨਹੀਂ ਹੈ 3 ਤੋਂ 4 ਕਰੀਆਂ ਲਸਣ ਦੀਆਂ ਤੇ 8 ਤੋਂ 10 ਹਰੀਆਂ ਮਿਰਚਾਂ। ਇਹ ਮੋਟੀਆਂ ਵਾਲੀਆਂ ਮਿਰਚਾਂ ਨੇ, ਤਿੱਖੀਆਂ ਬਹੁਤ ਘੱਟ ਨੇ ਤੇ ਇਹੀ ਵਾਲੀ ਮਿਰਚਾਂ ਦੀ ਵਰਤੋਂ ਕਰਿਓ, ਇਹਨਾਂ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ। ਤੇ ਨਾਲ ਹੀ ਲਿਆ ਇੱਕ ਵੱਡੇ ਸਾਈਜ਼ ਦਾ ਛਿੱਲਿਆ ਹੋਇਆ ਆਲੂ ਤੇ ਸਾਰੇ ਪਿਆਜ਼ਾਂ ਵਿੱਚੋਂ ਨਾ ਅੱਧੇ ਪਿਆਜ਼ ਮੈਂ ਇੱਥੇ ਲੈ ਲਏ ਨੇ ਤੇ ਅੱਧੇ ਮੈਂ ਵੱਖਰੇ ਕਰ ਦਿੱਤੇ ਨੇ ਮਸਾਲਾ ਭਰਨ ਨੂੰ ਤੇ ਇਹ ਜਿਹੜੇ ਪਿਆਜ਼ ਨੇ ਨਾ ਇਹਨਾਂ ਨੂੰ ਨਾ ਇਸ ਤਰ੍ਹਾਂ ਲੰਬਾ ਪਤਲਾ ਪਤਲਾ ਕੱਟ ਲੈਣਾ। ਬਹੁਤ ਜ਼ਿਆਦਾ ਮੋਟਾ ਜਾਂ ਬਹੁਤ ਜ਼ਿਆਦਾ ਬਰੀਕ ਵੀ ਨਹੀਂ ਕਰਨਾ, ਬਸ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲੈਣੇ ਨੇ। ਅਤੇ ਪਿਆਜ਼ ਕੱਟਣ ਤੋਂ ਬਾਅਦ ਨਾ ਹੁਣ ਆਲੂ ਨੂੰ ਵੀ ਆਪਾਂ ਕੱਟ ਲੈਣਾ ਇਸ ਤਰ੍ਹਾਂ ਕਰਕੇ ਨਾ ਵਿੱਚੋਂ ਦੀ ਕੱਟ ਕੇ ਅਤੇ ਬਹੁਤ ਜ਼ਿਆਦਾ ਵੱਡਾ ਹੈ ਨਾ ਆਲੂ, ਇਹਦੇ ਇਸ ਤਰ੍ਹਾਂ 3 ਪੀਸ ਕਰ ਲਵਾਂਗੇ ਅਤੇ ਫਿਰ ਜਿਵੇਂ ਆਪਾਂ ਸਬਜ਼ੀ ਵਾਸਤੇ ਕੱਟੀ ਦੇਣੇ ਨਾ ਇਸ ਤਰ੍ਹਾਂ ਦੇ ਕੱਟ ਲੈਣੇ ਨੇ। ਆਲੂ ਔਰ ਪਿਆਜ਼ਾਂ ਦੇ ਨਾਲ ਹੀ ਮੈਂ ਇੱਥੇ 2 ਟਮਾਟਰ ਵੀ ਕੱਟ ਕੇ ਤਿਆਰ ਕਰ ਲਏ ਨੇ, ਇਸ ਤਰ੍ਹਾਂ ਦੇ ਕੱਟੇ ਨੇ ਜੀ ਛੋਟੇ ਛੋਟੇ ਅਤੇ ਨਾਲ ਹੀ ਜਿਹੜੀਆਂ 4-5 ਮਿਰਚਾਂ ਨੇ ਇਹਨਾਂ ਨੂੰ ਵੀ ਕੱਟ ਲਾ ਕੇ ਤਿਆਰ ਕਰਕੇ ਰੱਖ ਲਿਆ ਅਤੇ ਇਹ ਤਾਂ ਸਾਰਾ ਹੋ ਗਿਆ ਸਾਡਾ ਤੜਕੇ ਦਾ ਸਮਾਨ ਅਤੇ ਹੁਣ ਕਰੇਲਿਆਂ 'ਚ ਭਰਨ ਵਾਲਾ ਮਸਾਲਾ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਅਤੇ ਜਿਹੜੇ ਬਾਕੀ ਦੇ ਪਿਆਜ਼ ਬਚੇ ਨੇ ਨਾ ਇਹਨਾਂ ਨੂੰ ਆਪਾਂ ਰਫਲੀ ਕੱਟ ਲੈਣਾ ਹੈ ਕਿਉਂਕਿ ਆਪਾਂ ਇਹਨਾਂ ਨੂੰ ਚੋਪਰ 'ਚ ਜਾਂ ਮਿਕਸੀ ਦੇ ਜਾਰ ਵਿੱਚ ਗ੍ਰਾਇੰਡ ਹੀ ਕਰਨਾ ਹੈ, ਦਰਦਰਾ ਗ੍ਰਾਇੰਡ ਕਰਨਾ ਹੈ, ਬਿਲਕੁਲ ਬਰੀਕ ਪੇਸਟ ਨਹੀਂ ਬਣਾਉਣਾ। ਜੇ ਤਾਂ ਚੋਪਰ 'ਚ ਕਰੋਗੇ ਫਿਰ ਤਾਂ ਇਹ ਮੋਟਾ ਮੋਟਾ ਹੀ ਹੋਏਗਾ ਦਰਦਰਾ ਜਿਹਾ ਹੀ, ਪਰ ਜੇ ਮਿਕਸੀ ਦੇ ਜਾਰ ਵਿੱਚ ਪਾ ਕੇ ਕਰੋਗੇ ਨਾ ਤਾਂ ਮਿਕਸੀ ਨੂੰ ਔਨ ਆਫ ਕਰਦੇ ਹੋਏ ਚਲਾਇਓ ਜਦਕਿ ਤਾਂ ਕਰਕੇ ਨਾ ਫਿਰ ਉਹ ਕੱਦੂਕਸ ਵਰਗਾ ਅਤੇ ਜਾਂ ਫਿਰ ਚੋਪਰ ਵਰਗਾ ਇਹਦਾ ਟੈਕਸਚਰ ਆਏਗਾ ਅਤੇ ਲਗਾਤਾਰ ਚਲਾਓਗੇ ਅਤੇ ਫਿਰ ਬਿਲਕੁਲ ਪੇਸਟ ਬਣ ਜਾਏਗਾ। ਪਿਆਜ਼ ਦੇ ਨਾਲ ਹੀ ਮਿਰਚਾਂ ਹੋਰ ਲਸਣ ਨੂੰ ਵੀ ਆਪਾਂ ਗ੍ਰਾਇੰਡ ਕਰ ਲੈਣਾ ਅਤੇ ਵੇਖੋ ਜੀ ਮਿਕਸੀ ਨੂੰ 3 ਤੋਂ 4 ਵਾਰੀ ਔਨ ਆਫ ਕਰਦੇ ਹੋਏ ਮੈਂ ਇਸ ਤਰ੍ਹਾਂ ਦਾ ਮੋਟਾ ਮੋਟਾ ਜਿਹਾ ਮਸਾਲਾ ਗ੍ਰਾਇੰਡ ਕਰ ਲਿਆ ਹੈ। ਲੱਗਦਾ ਪੈਣਾ ਜਿਵੇਂ ਕੱਦੂਕਸ ਕੀਤਾ ਹੋਇਆ, ਬਿਲਕੁਲ ਇੱਦਾਂ ਦਾ ਹੀ ਕਰਨਾ ਹੈ। ਅਤੇ ਹੁਣ ਆਪਾਂ ਲਵਾਂਗੇ ਇੱਥੇ ਇੱਕ ਕੜਾਹੀ ਅਤੇ ਕੜਾਹੀ ਦੇ ਵਿੱਚ ਸਿਰਫ 2 ਚਮਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰਾਂਗੇ। ਕਰੇਲੇ ਜਿਹੜੇ ਨੇ ਸਰ੍ਹੋਂ ਦੇ ਤੇਲ 'ਚ ਬਹੁਤ ਸਵਾਦ ਬਣਦੇ ਨੇ, ਜੇਕਰ ਤੁਸੀਂ ਸਰ੍ਹੋਂ ਦੇ ਤੇਲ ਦੀ ਵਰਤੋਂ ਨਹੀਂ ਕਰਦੇ ਤਾਂ ਜਿਹੜੇ ਤੇਲ ਦੀ ਵਰਤੋਂ ਕਰਦੇ ਉਹਦੇ ਵਿੱਚ ਬਣਾ ਸਕਦੇ ਹੋ। ਅਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਿਆਜ਼, ਹਰੀ ਮਿਰਚ ਅਤੇ ਲਸਣ ਜਿਹੜਾ ਆਪਾਂ ਪੀਸਿਆ ਸੀ ਨਾ ਗ੍ਰਾਇੰਡ ਕੀਤਾ ਸੀ ਉਹ ਪਾ ਲਵਾਂਗੇ। ਅਤੇ ਇਹ ਪਿਆਜ਼ ਨੂੰ ਨਾ ਹੁਣ ਆਪਾਂ ਬਰਾਊਨ ਜਿਹਾ ਹੋਣ ਤੱਕ ਯਾਨੀ ਕਿ ਮੇਰਾ ਮਤਲਬ ਹੈ ਕਿ ਚੰਗੀ ਤਰ੍ਹਾਂ ਭੁੰਨ ਲਵਾਂਗੇ। ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਕਰ ਲਵਾਂਗੇ ਔਰ ਮੀਡੀਅਮ ਫਲੇਮ 'ਤੇ ਇਹਨੂੰ ਬਹੁਤ ਹੀ ਧਿਆਨ ਨਾਲ ਭੁੰਨਾਂਗੇ, ਮਤਲਬ ਕਿ ਜਿੰਨੀ ਚੰਗੀ ਤਰ੍ਹਾਂ ਭੁੱਜਿਆ ਜਾਏਗਾ ਨਾ ਕਰੇਲਿਆਂ ਵਿੱਚ ਇਹਦਾ ਸਵਾਦ ਉਨਾ ਹੀ ਵਧੀਆ ਆਏਗਾ। ਅਤੇ ਚਲੋ ਹੁਣ ਮਸਾਲਾ ਭੁੱਜਣ ਤੋਂ ਯਾਨੀ ਕਿ ਇਹ ਪਿਆਜ਼ ਭੁੱਜਣ ਤੋਂ ਬਾਅਦ ਮਿਲਦੇ ਹਾਂ। ਅਤੇ ਜਦ ਤੱਕ ਪਿਆਜ਼ ਭੁੱਜਦੇ ਨੇ ਨਾ ਆਪਾਂ ਕਰੇਲਿਆਂ 'ਚ ਮਸਾਲਾ ਭਰਨ ਵਾਸਤੇ ਇਹਨਾਂ ਨੂੰ ਕੱਟ ਲਾ ਕੇ ਤਿਆਰ ਕਰ ਲੈਂਦੇ ਹਾਂ। ਕਰੇਲਿਆਂ ਦੇ ਵਿੱਚ ਕਾਰਨਾ ਆਪਾਂ ਇੱਕ ਕੱਟ ਲਗਾਵਾਂਗੇ ਗਹਿਰਾ ਜਿਹਾ ਕੱਟ ਥੱਲੇ ਤੱਕ, ਦੋਨੋਂ ਪਾਸਿਓਂ ਕਰੇਲਾ ਜੁੜਿਆ ਰਹੇ ਨਾ ਅਤੇ ਉਸ ਤਰ੍ਹਾਂ ਲਗਾਉਣਾ ਹੈ ਕੱਟ। ਅਤੇ ਇਹ ਦੇਖੋ ਜੀ ਨਾਲੇ ਚੈੱਕ ਕਰ ਲਵਾਂਗੇ ਅਤੇ ਨਾਲੇ ਕਰੇਲੇ ਦੇ ਵਿੱਚ ਦੇਖ ਲਵਾਂਗੇ ਕਿ ਬੀਜ ਜਿਹੜੇ ਨੇ ਉਹ ਜ਼ਿਆਦਾ ਮਤਲਬ ਕਿ ਪੱਕੇ ਹੋਏ ਨੇ ਕਿ ਕੱਚੇ ਨੇ। ਜੇ ਤਾਂ ਬੀਜ ਕੱਚੇ ਨੇ ਫਿਰ ਤਾਂ ਆਪਾਂ ਇਹਨਾਂ ਨੂੰ ਮਸਾਲੇ ਦੇ ਨਾਲ ਹੀ ਪਕਾ ਲੈਣਾ ਅਤੇ ਜਿਹੜੇ ਬੀਜ ਪੱਕੇ ਹੋਣਗੇ ਨਾ ਤਾਂ ਉਹਨਾਂ ਨੂੰ ਕੱਢ ਕੇ ਵੱਖਰੇ ਕਰ ਦੇਵਾਂਗੇ। ਇਹ ਬੀਜ ਕੱਚੇ ਨੇ ਅਤੇ ਇਸ ਕਰਕੇ ਇਹੋ ਜਿਹੇ ਬੀਜ ਹੋਣਗੇ ਨਾ ਕੱਚੇ ਅਤੇ ਇਹਨਾਂ ਨੂੰ ਕੱਟ ਕੇ ਆਪਾਂ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ। ਅਤੇ ਕਰੇਲਿਆਂ ਦੇ ਵਿੱਚੋਂ ਨਾ ਆਪਾਂ ਸਿਰਫ ਬੀਜ ਕੱਢਣੇ ਨੇ ਬਾਹਰ, ਜਿਹੜਾ ਇਹ ਕਰੇਲਿਆਂ ਦੇ ਵਿੱਚ ਵਾਈਟ ਵਾਲਾ ਪੋਰਸ਼ਨ ਹੁੰਦਾ ਹੈ ਨਾ ਉਹਨੂੰ ਨਹੀਂ ਕੱਢਣਾ, ਉਹਨੂੰ ਨਾਲ ਹੀ ਰਹਿਣ ਦੇਣਾ। ਆ ਦੇਖੋ ਇਹਦੇ ਵਿੱਚ ਤਾਂ ਬੀਜ ਬਹੁਤ ਹੀ ਕੱਚੇ ਨੇ ਅਤੇ ਇਹਨਾਂ ਨੂੰ ਕੱਢ ਕੇ ਨਾ ਆਪਾਂ ਕੱਟ ਲੈਣਾ, ਪਰ ਜਿਹੜਾ ਇਹਦਾ ਵਿੱਚ ਵਾਲਾ ਪੋਰਸ਼ਨ ਹੈ ਨਾ ਚਿੱਟਾ ਵਾਲਾ ਉਹ ਨਹੀਂ ਕੱਢਣਾ, ਯਾਨੀ ਕਿ ਕਰੇਲੇ ਨੂੰ ਪੂਰਾ ਖਾਲੀ ਨਹੀਂ ਕਰਨਾ। ਇਹਦਾ ਹੀ ਤਾਂ ਸਵਾਦ ਆਉਂਦਾ ਕਰੇਲਿਆਂ ਦੇ ਵਿੱਚ, ਇਸ ਤਰ੍ਹਾਂ ਦੇ ਬੀਜਾਂ ਨੂੰ ਕੱਟ ਲੈਣਾ।
ਤੇ ਇਹ ਭੁੱਜਦੇ ਹੋਏ ਪਿਆਜ਼ਾਂ ਦੇ ਨਾਲ ਹੀ ਆਪਾਂ ਇਹ ਕਰੇਲਿਆਂ ਦੇ ਕੱਟੇ ਹੋਏ ਨਰਮ ਨਰਮ ਵਾਲੇ ਬੀਜ ਪਾ ਦੇਵਾਂਗੇ। ਇਹ ਨਾਲ ਹੀ ਭੁੱਜ ਜਾਣਗੇ, ਨਾਲ ਹੀ ਪੱਕ ਜਾਣਗੇ। ਇਹਨਾਂ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ। ਵੈਸੇ ਵੀ ਕਰੇਲੇ ਇੰਨੇ ਗੁਣਕਾਰੀ ਹੁੰਦੇ ਨੇ ਕਿ ਇਹਨਾਂ ਦੇ ਬੀਜ ਜਾਂ ਇਹਨਾਂ ਦੇ ਛਿਲਕਾ ਕੁਛ ਵੀ ਵੇਸਟ ਨਹੀਂ ਕਰਨਾ ਚਾਹੀਦਾ। ਅਤੇ ਅੱਜ ਮੈਂ ਛਿਲਕਿਆਂ ਦੀ ਵਰਤੋਂ ਕਰੇਲੇ ਬਣਾਉਣ ਵਿੱਚ ਨਹੀਂ ਕਰ ਰਹੀ ਹਾਂ, ਉਹਨਾਂ ਨੂੰ ਮੈਂ ਵੱਖਰਾ ਰੱਖਿਆ ਹੋਇਆ ਛਿਲਕੇ। ਅਤੇ ਉਹਨਾਂ ਦੇ ਉੱਤੇ ਲੂਣ ਲਾ ਕੇ ਪਾਣੀ ਨਿਚੋੜ ਕੇ ਅਤੇ ਫਿਰ ਉਹਨਾਂ ਨੂੰ ਨਾ ਲੂਣ ਮਿਰਚ ਪਾ ਕੇ ਜੀਰੇ ਜਾਂ ਪਿਆਜ਼ ਦਾ ਤੜਕਾ ਲਾ ਕੇ ਉਹਦੀ ਵੱਖਰੀ ਸਬਜ਼ੀ ਬਣਾ ਕੇ ਤੁਸੀਂ ਵੱਖਰੀ ਖਾ ਸਕਦੇ ਹੋ। ਅਤੇ ਮੈਂ ਸਾਈਡ 'ਤੇ ਰੱਖੇ ਹੋਏ ਨੇ ਸਬਜ਼ੀ ਬਣਾਉਣ ਵਾਸਤੇ, ਤੁਸੀਂ ਚਾਹੋ ਤਾਂ ਉਹਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਨਹੀਂ ਵੀ ਕਰ ਸਕਦੇ। ਅਤੇ ਇੱਥੇ ਮੀਡੀਅਮ ਫਲੇਮ 'ਤੇ ਪਿਆਜ਼ਾਂ ਨੂੰ ਭੁੰਨਦੇ ਹੋਏ 10 ਮਿੰਟ ਹੋ ਚੁੱਕੇ ਨੇ ਅਤੇ ਵਧੀਆ ਭੁੱਜ ਗਏ ਨੇ। ਇਹਨਾਂ 'ਚੋਂ ਕੱਚਾ ਜਿਹਾ ਸਵਾਦ ਨਹੀਂ ਆਉਣਾ ਚਾਹੀਦਾ, ਬਾਕੀ ਇਹ ਥੋੜ੍ਹੇ ਬਹੁਤ ਕਰੇਲਿਆਂ ਦੇ ਨਾਲ ਵੀ ਭੁੱਜਣਗੇ ਹਜੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਛ ਮਸਾਲੇ, ਗੈਸ ਦੀ ਫਲੇਮ ਨੂੰ ਸਿਮ ਕਰ ਲਵਾਂਗੇ ਤਾਂ ਕਿ ਮਸਾਲੇ ਸੜਨ ਨਾ। ਅੱਧਾ ਚਮਚ ਛੋਟਾ ਵਾਲਾ ਪਾਵਾਂਗੇ ਹਲਦੀ, ਅਤੇ ਅੱਧਾ ਵਾਲਾ ਛੋਟਾ ਚਮਚ ਜਿਹੜਾ ਹੈ ਧਨੀਆ ਪਾਊਡਰ, ਅੱਧਾ ਛੋਟਾ ਚਮਚ ਲੂਣ ਦਾ, ਅੱਧਾ ਛੋਟਾ ਚਮਚ ਪੀਸੀ ਹੋਈ ਸੌਂਫ। ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਕਰੇਲਿਆਂ ਦੇ ਮਸਾਲੇ ਵਿੱਚ। ਅਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਹੋਈਆਂ ਨਾ, ਇਸ ਕਰਕੇ ਮੈਂ ਚਮਚ ਦਾ ਚੌਥਾ ਹਿੱਸਾ ਪਾ ਰਹੀ ਹਾਂ ਲਾਲ ਮਿਰਚਾਂ ਦਾ। ਜੇ ਪਾਉਣਾ ਚਾਹੁੰਦੇ ਹੋ ਤਾਂ ਪਾ ਲਓ, ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ। ਇਹ ਮਿਰਚਾਂ ਜਿਹੜੀਆਂ ਹਰੀਆਂ ਨੇ ਉਹਦੇ ਤਿੱਖੇਪਨ 'ਤੇ ਡਿਪੈਂਡ ਕਰਦਾ ਹੈ। ਅਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਵਾਲਾ ਚਮਚ ਪੀਸਿਆ ਹੋਇਆ ਅਨਾਰਦਾਨਾ। ਇਹਦਾ ਸਵਾਦ ਬਹੁਤ ਵਧੀਆ ਆਉਂਦਾ ਅਨਾਰਦਾਨੇ ਦਾ। ਆਪਾਂ ਕੁਛ ਖਟਾਈ ਦਾ ਪਾਣੀ ਹੈ ਨਾ ਇਹਦੇ ਵਿੱਚ, ਆਮਚੂਰ ਵੀ ਪਾ ਸਕਦੇ ਹੋ। ਅਤੇ ਅੱਜ ਕੱਲ੍ਹ ਜਿਵੇਂ ਅੰਬ ਦਾ ਸੀਜ਼ਨ ਚੱਲ ਰਿਹਾ ਅਤੇ ਕੱਚਾ ਅੰਬ ਵੀ ਪਾ ਸਕਦੇ ਹੋ ਇਹਨੂੰ ਥੋੜ੍ਹੀ ਜਿਹੀ ਖਟਾਸ ਦੇਣ ਵਾਸਤੇ। ਅਤੇ ਕੱਚੇ ਅੰਬ ਵਾਲੇ ਮੈਂ ਕਰੇਲੇ ਭਰ ਕੇ ਮਸਾਲੇ ਦੇ ਵਿੱਚ, ਕੱਚੇ ਅੰਬ ਨੂੰ ਮਿਲਾ ਕੇ ਭਰ ਕੇ ਕਰੇਲੇ ਮੈਂ ਇਹਦੀ ਰੈਸਿਪੀ ਪਾਈ ਹੋਈ ਹੈ। ਅਤੇ ਅੱਜ ਮੈਂ ਅਨਾਰਦਾਨਾ ਪਾ ਕੇ ਬਣਾ ਰਹੀ ਹਾਂ, ਅਤੇ ਕਿਉਂਕਿ ਅੰਬ ਦਾ ਸੀਜ਼ਨ ਤਾਂ ਕੁਛ ਟਾਈਮ ਹੀ ਰਹਿੰਦਾ ਹੈ ਨਾ, ਅਤੇ ਤੁਸੀਂ ਉਹ ਵੀ ਪਾ ਕੇ ਬਣਾ ਸਕਦੇ ਹੋ, ਉਹ ਵੀ ਬਹੁਤ ਸਵਾਦ ਲੱਗਦਾ। ਅਤੇ ਇਹ ਮਸਾਲੇ ਨੂੰ ਹੁਣ ਆਪਾਂ ਸੁੱਕੇ ਮਸਾਲਿਆਂ ਦੇ ਨਾਲ ਥੋੜ੍ਹਾ ਜਿਹਾ ਭੁੰਨ ਲਵਾਂਗੇ। ਸੁੱਕੇ ਮਸਾਲਿਆਂ ਨੂੰ ਥੋੜ੍ਹਾ ਜਿਹਾ ਭੁੰਨਣ ਤੋਂ ਬਾਅਦ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ। ਅਤੇ ਸਾਡਾ ਕਰੇਲਿਆਂ 'ਚ ਭਰਨ ਵਾਲਾ ਬਹੁਤ ਹੀ ਵਧੀਆ ਮਸਾਲਾ ਹੋ ਗਿਆ ਤਿਆਰ। ਅਤੇ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲਵਾਂਗੇ ਅਤੇ ਹਲਕਾ ਜਿਹਾ ਠੰਡਾ ਵੀ ਕਰ ਲਵਾਂਗੇ। ਅਤੇ ਮੈਂ ਇਸੇ ਕੜਾਈ ਦੇ ਵਿੱਚ ਕਰੇਲੇ ਬਣਾਉਣੇ ਹੈ, ਤਾਂ ਕਰਕੇ ਮਸਾਲਾ ਭੁੰਨਣ ਵਾਸਤੇ ਵੀ ਮੈਂ ਇਸ ਤਰ੍ਹਾਂ ਦੀ ਵੱਡੀ ਕੜਾਈ ਲੈ ਲਈ ਸੀ, ਕਿਉਂਕਿ ਕਰੇਲੇ ਇਹਦੇ ਵਿੱਚ ਹੀ ਬਣਾਵਾਂਗੇ। ਜੇ ਤਾਂ ਕੜਾਈ ਸਾਫ਼ ਹੈ ਤਾਂ ਠੀਕ ਹੈ, ਨਹੀਂ ਤਾਂ ਥੋੜ੍ਹੀ ਜਿਹੀ ਸਾਫ਼ ਕਰ ਲਵਾਂਗੇ, ਕਿਉਂਕਿ ਕਰੇਲੇ ਜਿਹੜੇ ਨਾ ਉਹ ਥੋੜ੍ਹੇ ਚੌੜੇ ਤਲੇ ਵਾਲੀ ਕੜਾਈ 'ਚ ਬਣਾਉਣੇ ਨੇ। ਅਤੇ ਇਹ ਲਓ ਜੀ, ਇਹ ਮਸਾਲੇ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਕਰੇਲਿਆਂ 'ਚ ਭਰਨ ਵਾਸਤੇ। ਅਤੇ ਕੱਟ ਲੱਗੇ ਹੋਏ ਕਰੇਲਿਆਂ ਦੇ ਵਿੱਚ ਨਾ ਹੁਣ ਆਪਾਂ ਇਹ ਵਧੀਆ ਜਿਹਾ ਮਸਾਲਾ ਭਰਾਂਗੇ। ਅਤੇ ਮਸਾਲੇ ਨੂੰ ਥੋੜ੍ਹਾ ਠੰਡਾ ਕਰਕੇ ਹੀ ਭਰਾਂਗੇ, ਕਿਉਂਕਿ ਇਹ ਹੱਥ ਨਾਲ ਭਰਿਆ ਜਾਣਾ, ਕਿਉਂਕਿ ਆਪਾਂ ਕਰੇਲੇ ਫਰਾਈ ਨਹੀਂ ਨਾ ਕੀਤੇ ਹੋਏ। ਅਤੇ ਜੇ ਇਹਨੂੰ ਚਮਚ ਨਾਲ ਭਰਾਂਗੇ ਤਾਂ ਟੁੱਟ ਵੀ ਸਕਦੇ ਨੇ। ਅਤੇ ਫਰਾਈ ਕਰਕੇ ਮਸਾਲਾ ਭਰ ਕੇ ਕਰੇਲਿਆਂ ਦੀ ਰੈਸਿਪੀ ਵੀ ਮੈਂ ਆਪਣੇ ਚੈਨਲ 'ਤੇ ਪਾਈ ਹੋਈ ਹੈ, ਉਹ ਤੁਸੀਂ ਬਹੁਤ ਪਸੰਦ ਕੀਤੇ ਨੇ। ਅਤੇ ਅੱਜ ਮੈਂ ਬਣਾ ਰਹੀ ਹਾਂ ਬਿਨਾਂ ਫਰਾਈ ਕਰਕੇ ਮਸਾਲਾ ਭਰੇ ਹੋਏ ਕਰੇਲੇ, ਇਹ ਵੀ ਤੁਹਾਨੂੰ ਬਹੁਤ ਹੀ ਪਸੰਦ ਆਏਗੀ। ਅਤੇ ਨਾਲੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਰੇਲਿਆਂ ਨੂੰ ਨਾ ਪੂਰੀ ਤਰ੍ਹਾਂ ਖਾਲੀ ਨਹੀਂ ਕੀਤਾ, ਸਿਰਫ ਵੀਹ ਕੱਢੇ ਨੇ ਇਹਦੇ। ਅਤੇ ਮਸਾਲਾ ਜਿਹੜਾ ਨਾ ਚੰਗੀ ਤਰ੍ਹਾਂ ਅੰਦਰ ਤੱਕ ਭਰ ਦੇਣਾ ਹੈ, ਅਤੇ ਮਸਾਲਾ ਠੰਡਾ ਹੋਣ ਤੋਂ ਬਾਅਦ ਹੀ ਭਰਿਓ, ਤਾਂ ਹੀ ਹੱਥਾਂ ਨੂੰ ਲੱਗੇਗਾ, ਨਹੀਂ ਤਾਂ ਗਰਮ ਲੱਗੇਗਾ। ਅਤੇ ਇਸ ਤਰ੍ਹਾਂ ਮਸਾਲਾ ਜਦੋਂ ਪੂਰਾ ਭਰਿਆ ਜਾਏਗਾ ਨਾ, ਫਿਰ ਆਪਾਂ ਇਹਦੇ ਉੱਤੇ ਲਪੇਟਾਂਗੇ ਧਾਗਾ, ਤਾਂ ਕਿ ਇਹ ਖੁੱਲ੍ਹੇ ਨਾ, ਔਰ ਮਸਾਲਾ ਜਿਹੜਾ ਹੈ ਉਹ ਤੇਲ ਦੇ ਵਿੱਚ ਕੜਾਹੀ 'ਚ ਖਿਲਰੇ ਨਾ। ਅਤੇ ਇੱਕ ਧਾਗੇ ਨੂੰ ਨਾ ਹੁਣ ਆਪਾਂ ਇੱਕ ਸਿਰੇ ਤੋਂ ਸ਼ੁਰੂ ਕਰਕੇ ਅਤੇ ਦੂਸਰੇ ਪਾਸੇ ਤੱਕ ਲਪੇਟ ਦੇਵਾਂਗੇ। ਤੁਸੀਂ ਸਾਰੇ ਬਣਾਉਂਦੇ ਹੀ ਹੋ, ਤੁਹਾਨੂੰ ਪਤਾ ਹੀ ਹੋਣਾ ਕਰੇਲੇ ਲਪੇਟ ਕੇ। ਇਹ ਪੁਰਾਣੇ ਟਾਈਮ 'ਤੇ ਇਸ ਤਰ੍ਹਾਂ ਹੀ ਕਰੇਲੇ ਬਣਾਈਦੇ ਸੀ ਹੈ ਨਾ, ਅਤੇ ਸਵਾਦ ਵੀ ਬਹੁਤ ਬਣਦੇ ਸੀ, ਅਤੇ ਇਹ ਵੀ ਬਹੁਤ ਹੀ ਸਵਾਦ ਬਣਨਗੇ। ਅਤੇ ਹੁਣ ਬਸ ਇਹਨੂੰ ਹੁਣ ਆਪਾਂ ਧਾਗੇ ਨੂੰ ਤੋੜ ਦੇਵਾਂਗੇ। ਅਤੇ ਇਸ ਤਰ੍ਹਾਂ ਮਸਾਲੇ ਭਰੇ ਹੋਏ ਕਰੇਲੇ ਤਿਆਰ ਕਰ ਲਵਾਂਗੇ ਸਾਰੇ। ਅਤੇ ਧਾਗਾ ਭਰ ਕੇ ਮੈਂ ਸਾਰੇ ਕਰੇਲੇ ਤਿਆਰ ਕਰ ਲਏ ਨੇ। ਅਤੇ ਧਾਗਾ ਭਰਨ ਤੋਂ ਬਾਅਦ ਜੇ ਥੋੜ੍ਹਾ ਜਿਹਾ ਮਸਾਲਾ ਬਾਹਰ ਆ ਵੀ ਜਾਂਦਾ ਨਾ, ਤਾਂ ਇਹਨੂੰ ਕੱਢ ਲਵੋ, ਨਹੀਂ ਤਾਂ ਕੜਾਹੀ ਵਿੱਚ ਖਿਲਰੀ ਜਾਏਗਾ। ਅਤੇ ਹੁਣ ਫਿਰ ਤੋਂ ਗੈਸ 'ਤੇ ਕੜਾਹੀ ਰੱਖਾਂਗੇ। ਮੈਂ ਉਹੀ ਕੜਾਹੀ ਲੈ ਲਈ ਹੈ ਜਿਹਦੇ 'ਚ ਮਸਾਲਾ ਭੁੰਨਿਆ ਸੀ।
ਅਤੇ ਇਹਦੇ ਵਿੱਚ ਕੱਪ ਦਾ ਚੌਥਾ ਹਿੱਸਾ ਪਾਵਾਂਗੇ ਸਰੋਂ ਦਾ ਤੇਲ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਰੇਲੇ ਬਣਾਉਣ ਵਿੱਚ ਇੱਕ ਤੇਲ ਅਤੇ ਇੱਕ ਟਾਈਮ ਦੋਨੋਂ ਹੀ ਜ਼ਿਆਦਾ ਲੱਗਦੇ ਨੇ, ਤਾਂ ਹੀ ਕਰੇਲੇ ਸਵਾਦ ਬਣਦੇ ਨੇ। ਖਾਸ ਕਰ ਭਰਵੇਂ ਕਰੇਲਿਆਂ ਨੂੰ ਤਾਂ ਥੋੜ੍ਹਾ ਟਾਈਮ ਵੈਸੇ ਹੀ ਜ਼ਿਆਦਾ ਲੱਗਦਾ ਹੈ। ਅਤੇ ਹੁਣ ਤੇਲ ਗਰਮ ਹੋਣ ਤੋਂ ਬਾਅਦ ਨਾ ਮੈਂ ਕਰੇਲੇ ਦੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਨੇ। ਇਸ ਤਰ੍ਹਾਂ ਰੱਖੀ ਜਾਂਦੇ ਨੇ, ਤਾਂ ਹੀ ਮੈਂ ਚੌਲੇ ਤਲੇ ਦੀ ਕੜਾਹੀ ਕਿਹਾ ਸੀ ਨਾ ਤੁਹਾਨੂੰ ਕਿ ਇਸ ਤਰ੍ਹਾਂ ਦੀ ਖੁੱਲ੍ਹੀ ਲਵਾਂਗੇ। ਜਿਹੜੀ ਡੂੰਘੀ ਜਿਹੀ ਕੜਾਹੀ ਹੁੰਦੀ ਹੈ ਨਾ, ਉਹਦੇ ਵਿੱਚ ਇਕੱਠੇ ਜਿਹੇ ਹੋ ਜਾਣਗੇ ਕਰੇਲੇ। ਅਤੇ ਇਸ ਤਰ੍ਹਾਂ ਸੈੱਟ ਕਰ ਦੇਵਾਂਗੇ ਤੇਲ ਦੇ ਵਿੱਚ। ਬਸ ਹੱਥ ਨੂੰ ਬਚਾ ਕੇ ਕਰਿਓ ਕਿ ਤੇਲ ਦੇ ਛਿੱਟੇ ਨਾ ਹੱਥ 'ਤੇ ਪੈਣ। ਅਤੇ ਕਰੇਲੇ ਓਇਲ 'ਚ ਰੱਖਣ ਤੋਂ ਬਾਅਦ ਨਾ ਆਪਾਂ ਇਹਨਾਂ ਨੂੰ ਢੱਕ ਦੇਵਾਂਗੇ। ਢੱਕ ਕੇ ਕੀ, ਇੱਕ ਤਾਂ ਛੇਤੀ ਪੱਕਣਗੇ ਅਤੇ ਨਾਲੇ ਕਰੇਲੇ ਨਾ ਨਰਮ ਬਣਦੇ ਨੇ। ਜਿਵੇਂ ਸਾਰੇ ਕਹਿੰਦੇ ਨੇ ਕਿ ਕਰੇਲੇ ਕੜਕ ਹੋ ਜਾਂਦੇ ਨੇ, ਉਹ ਨਹੀਂ ਹੋਣਗੇ, ਸੌਫਟ ਬਣਨਗੇ, ਛੇਤੀ ਪੱਕਣਗੇ। ਅਤੇ ਸ਼ੁਰੂ ਸ਼ੁਰੂ ਵਿੱਚ 2 ਮਿੰਟ 'ਤੇ ਆਪਾਂ ਗੈਸ ਦੀ ਫਲੇਮ ਨੂੰ ਫੁੱਲ ਹੀ ਰੱਖਾਂਗੇ ਅਤੇ ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਘੱਟ ਕਰ ਦਾਂਗੇ। ਅਤੇ 2 ਕੁ ਮਿੰਟ ਤੱਕ ਫੁੱਲ ਫਲੇਮ 'ਤੇ ਢੱਕ ਕੇ ਪਕਾਉਣ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਦੀ ਸਾਈਜ਼ ਚੇਂਜ ਕਰਾਂਗੇ। ਹੌਲੀ ਹੌਲੀ ਨਾ ਇਹਨਾਂ ਨੂੰ ਪਲਟ ਦੇਵਾਂਗੇ। ਆ ਦੇਖੋ, ਜਿਹੜਾ ਸਾਈਡ ਕੜਾਹੀ ਵਾਲ ਸੀ ਨਾ ਕਰੇਲਿਆਂ ਦਾ, ਉਹ ਪੱਕਣਾ ਸ਼ੁਰੂ ਹੋ ਗਿਆ, ਉਹਦਾ ਕਲਰ ਚੇਂਜ ਹੋ ਗਿਆ। ਅਤੇ ਕਰੇਲੇ ਕੱਚੇ ਨੇ ਨਾ ਬਿਲਕੁਲ, ਇਸ ਕਰਕੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਮੀਡੀਅਮ ਟੂ ਲੋ। ਅਤੇ ਮੀਡੀਅਮ ਟੂ ਲੋ ਫਲੇਮ 'ਤੇ ਹੀ ਆਪਾਂ ਇਹਨਾਂ ਨੂੰ ਹੁਣ ਪਕਾਵਾਂਗੇ। ਬਸ ਬੜੇ ਧਿਆਨ ਨਾਲ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ ਅਤੇ ਫਿਰ ਤੋਂ ਇਹਨਾਂ ਨੂੰ ਢੱਕ ਦੇਵਾਂਗੇ ਥੋੜ੍ਹੀ ਦੇਰ ਵਾਸਤੇ। ਅਤੇ ਮੀਡੀਅਮ ਟੂ ਲੋ ਫਲੇਮ 'ਤੇ ਹੀ ਇਹਨਾਂ ਦੀ ਸਾਈਡ ਬਦਲਦੇ ਹੋਏ ਆਪਾਂ ਇਹਨੂੰ ਪਕਾ ਲਵਾਂਗੇ। ਅਤੇ ਇੱਥੇ ਵੇਖੋ ਜੀ, ਮੈਂ ਕਰੇਲਿਆਂ ਨੂੰ ਨਾ ਢੱਕ ਕੇ ਮੀਡੀਅਮ ਟੂ ਲੋ ਫਲੇਮ 'ਤੇ ਸਾਈਡ ਚੇਂਜ ਕਰਦੇ ਹੋਏ ਚੰਗੀ ਤਰ੍ਹਾਂ ਸਾਰੇ ਪਾਸਿਓਂ ਪਕਾ ਲਿਆ। ਅਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਕਰੇਲੇ ਸਾਰੇ ਪਾਸਿਓਂ ਚੰਗੀ ਤਰ੍ਹਾਂ ਪੱਕ ਗਏ ਨੇ। ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ, ਕੱਚਿਆਂ ਨਹੀਂ ਰੱਖਣਾ, ਤਾਂ ਹੀ ਇਹਨਾਂ ਦਾ ਸਵਾਦ ਕੌਲਾ ਨਹੀਂ ਆਏਗਾ ਔਰ ਬਹੁਤ ਹੀ ਵਧੀਆ ਲੱਗਣਗੇ। ਅਤੇ ਕਰੇਲੇ ਜਦੋਂ ਲਾਸਟ ਵਿੱਚ ਰਹਿ ਗਏ ਸੀ ਨਾ ਥੋੜ੍ਹੇ ਜਿਹੇ ਸਾਈਡ ਤੋਂ ਪੱਕਣ ਤੋਂ, ਅਤੇ ਉਦੋਂ ਮੈਂ ਇਹਨਾਂ ਦਾ ਢੱਕਣ ਉਤਾਰ ਦਿੱਤਾ ਸੀ। ਅਤੇ ਹੁਣ ਇਹ ਪੱਕ ਗਏ ਨੇ ਸਾਰੇ ਪਾਸਿਓਂ, ਅਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਪਲੇਟ 'ਚ ਰੱਖ ਲਵਾਂਗੇ। ਅਤੇ ਹੁਣ ਇਸੇ ਹੀ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ ਇਹ ਕੱਟੇ ਹੋਏ ਆਲੂ ਅਤੇ ਪਿਆਜ਼ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਨਾ। ਮੈਂ ਰੈਸਿਪੀ ਬਣਾਉਣ ਤੋਂ ਪਹਿਲਾਂ ਕੱਟ ਲਏ ਸੀ ਕਰੇਲੇ ਭਰਨ ਤੋਂ। ਤੁਸੀਂ ਕਰੇਲਿਆਂ ਦੇ ਭੁੱਜਦੇ ਭੁੱਜਦੇ ਨਾਲ ਵੀ ਕੱਟ ਸਕਦੇ ਹੋ, ਅਤੇ ਇਹ ਮਿਰਚਾਂ ਔਰ ਟਮਾਟਰ ਵੀ ਨਾਲ ਹੀ ਪਾ ਦੇਵਾਂਗੇ। ਅਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਗੈਸ ਦੀ ਫੁੱਲ ਫਲੇਮ 'ਤੇ ਆਪਾਂ 1-2 ਮਿੰਟ ਇੱਦਾਂ ਖੁੱਲ੍ਹਾ ਹੀ ਭੁੰਨਾਂਗੇ ਤੇਲ ਦੇ ਨਾਲ। ਅਤੇ ਇਹਦੇ ਵਿੱਚ ਆਲੂ ਦੀ ਕੁਆਂਟਿਟੀ ਨਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਮੈਂ 1 ਪਾਇਆ, ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਜੇ ਤੁਹਾਡੇ ਘਰ ਆਲੂ ਜ਼ਿਆਦਾ ਖਾਣਾ ਪਸੰਦ ਕਰਦੇ ਨੇ ਤਾਂ। ਉਹ ਕੀ ਹੁੰਦਾ, ਆਲੂ ਮੈਂ ਤਾਂ ਪਾਇਆ ਕਿ ਕਈ ਵਾਰੀ ਬੱਚੇ ਕਰੇਲੇ ਨਹੀਂ ਖਾਂਦੇ ਅਤੇ ਆਲੂ ਆਲੂ ਕੱਢ ਕੇ ਖਾ ਲੈਂਦੇ ਨੇ ਨਾਲੇ। ਵੈਸੇ ਵੀ ਕਰੇਲਿਆਂ ਵਾਲੇ ਮਸਾਲੇ ਦੇ ਵਿੱਚ ਆਲੂਆਂ ਦਾ ਸਵਾਦ ਬਹੁਤ ਵਧੀਆ ਆਉਂਦਾ, ਯਾਨੀ ਕਿ ਉਹ ਮਸਾਲੇ ਦੇ ਵਿੱਚ ਜਦੋਂ ਆਲੂ ਭੁੱਜਦੇ ਨੇ ਨਾ ਤਾਂ ਬਹੁਤ ਹੀ ਸਵਾਦ ਲੱਗਦੇ ਨੇ। ਅਤੇ ਤੇਲ 'ਚ 1 ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਢੱਕ ਦੇਵਾਂਗੇ ਅਤੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਅਤੇ ਮੀਡੀਅਮ, ਅਤੇ ਮੀਡੀਅਮ ਫਲੇਮ 'ਤੇ ਹੁਣ ਇਹਨਾਂ ਨੂੰ ਆਪਾਂ ਪਕਾਵਾਂਗੇ ਥੋੜ੍ਹੀ ਦੇਰ ਤੱਕ। ਅਤੇ ਇੱਥੇ ਆਲੂ, ਪਿਆਜ਼, ਟਮਾਟਰ ਅਤੇ ਮਿਰਚਾਂ ਨੂੰ ਢੱਕ ਕੇ ਮੀਡੀਅਮ ਫਲੇਮ 'ਤੇ ਪਕਾਉਂਦੇ ਹੋਏ ਮੈਨੂੰ 6-7 ਮਿੰਟ ਹੋ ਗਏ ਨੇ। ਅਤੇ ਇਹ ਜਿਹੜੇ ਆਲੂ ਔਰ ਪਿਆਜ਼ ਨੇ ਨਾ 60-70% ਤੱਕ ਪੱਕ ਚੁੱਕੇ ਨੇ। ਅਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ ਅਤੇ ਇਹਦੇ ਵਿੱਚ ਪਾਵਾਂਗੇ ਮਸਾਲੇ। ਇਹਦੇ ਵਿੱਚ ਪਾਵਾਂਗੇ 1 ਚਮਚ ਹਲਦੀ, 1 ਛੋਟਾ ਚਮਚ ਧਨੀਆ ਪਾਊਡਰ, ਨਮਕ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ। ਮੈਂ ਇਹਦੇ ਵਿੱਚ 1/4 ਚਮਚ ਲੂਣ ਪਾ ਰਹੀ ਹਾਂ, ਅਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਖੂਬ ਸਾਰੀਆਂ ਪਾਈਆਂ ਨੇ ਨਾ, ਅਤੇ ਇਸ ਕਰਕੇ 1/4 ਚਮਚ ਪਾਉਣ ਲੱਗੀ ਹਾਂ ਲਾਲ ਮਿਰਚਾਂ ਦਾ। ਅਤੇ ਚਮਚ ਦਾ 1/4 ਹਿੱਸਾ ਹੀ ਪਾਉਣ ਲੱਗੀ ਹਾਂ ਗਰਮ ਮਸਾਲਾ। ਅਤੇ ਕਰੇਲੇ ਭਰਨ ਤੋਂ ਬਾਅਦ ਨਾ 1-2 ਚਮਚ ਮਸਾਲਾ ਬਚਿਆ ਸੀ, ਇਹ ਵੀ ਮੈਂ ਹੁਣ ਨਾਲ ਹੀ ਪਾ ਰਹੀ ਹਾਂ। ਅਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦੇਵਾਂਗੇ ਮਿਕਸ। ਜੇ ਆਪਾਂ ਇਕੱਲੇ ਕਰੇਲੇ ਪਿਆਜ਼ ਬਣਾਵਾਂਗੇ ਨਾ ਆਲੂਆਂ ਤੋਂ ਬਿਨਾਂ, ਫਿਰ ਤਾਂ ਸਾਡੇ 3-4 ਦਿਨ ਤੱਕ ਖਰਾਬ ਨਹੀਂ ਹੋਣਗੇ, ਸਟੋਰ ਹੋ ਜਾਂਦੇ ਨੇ।
ਤੇ ਆਲੂ ਪਾ ਕੇ ਬਣਾਵਾਂਗੇ ਤੇ ਬਸ ਇੱਕ ਅੱਧਾ ਦਿਨ ਹੀ ਚੱਲਣਗੇ, ਕਿਉਂਕਿ ਗਰਮੀਆਂ ਵਿੱਚ ਆਲੂ ਜਿਹੜੇ ਨੇ ਉਹ ਛੇਤੀ ਖਰਾਬ ਹੋ ਜਾਂਦੇ ਨੇ, ਤੇ ਇੱਕ ਦਿਨ ਹੀ ਚੱਲਣਗੇ, ਮਤਲਬ ਤਾਜ਼ੇ ਬਣਾਓ, ਤਾਜ਼ੇ ਖਾਓ। ਤੇ ਜੇ ਕਿਸੇ ਸਫ਼ਰ ਤੇ ਜਾਣਾ ਹੋਵੇ ਨਾ, ਲੰਬੇ ਸਫ਼ਰ ਤੇ ਇਕੱਲੇ ਕਰੇਲੇ ਤੇ ਪਿਆਜ਼ ਇਸ ਤਰ੍ਹਾਂ ਬਣਾਓ, ਤੁਹਾਨੂੰ ਬਹੁਤ ਸਵਾਦ ਲੱਗਣਗੇ। ਨਾਲ ਬਣਾਓ ਪਰੌਂਠੇ ਤਾਂ ਸਵਾਦ ਹੀ ਆ ਜਾਏਗਾ ਕਰੇਲੇ ਖਾਣ ਦਾ। ਤੇ ਇਹਨਾਂ ਨੂੰ ਨਾ ਹੁਣ ਮੈਂ ਮਿਕਸ ਕਰ ਦਿੱਤਾ ਮਸਾਲਿਆਂ ਨੂੰ, ਤੇ ਹੁਣ ਬਿਨਾਂ ਢੱਕੇ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ, ਜਿੰਨੀ ਕਸਰ ਹੈ ਉਹ ਪੂਰੀ ਹੋ ਜਾਏਗੀ। ਤੇ ਮਸਾਲੇ ਪਾਉਣ ਤੋਂ ਬਾਅਦ ਨਾ ਸਿਮ ਫਲੇਮ ਤੇ ਮੈਂ ਇਹਨਾਂ ਨੂੰ 2 ਤੋਂ 3 ਮਿੰਟ ਹੋਰ ਪਕਾ ਲਿਆ। ਤੇ ਸਬਜ਼ੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ, ਯਾਨੀ ਕਿ ਆਲੂ ਜਿਹੜੇ ਨੇ ਵਧੀਆ ਪੱਕ ਗਏ ਨੇ ਤੇ ਪਿਆਜ਼ ਵੀ ਪੱਕ ਗਏ ਨੇ। ਤੇ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਵਾਲੇ ਕਰੇਲੇ ਜਿਹੜੇ ਆਪਾਂ ਪਕਾ ਕੇ ਰੱਖੇ ਨੇ। ਤੇ ਇਹ ਸਬਜ਼ੀ ਦੇ ਵਿੱਚ ਪਿਆਜ਼ ਦੀ ਕੁਆਂਟਿਟੀ ਨਾ, ਜੇ ਤੁਸੀਂ ਥੋੜ੍ਹੀ ਘਟਾਉਣਾ ਚਾਹੁੰਦੇ ਹੋ ਤਾਂ ਘਟਾ ਲਓ, ਘਟਾ ਕੇ ਵੀ ਪਾ ਸਕਦੇ ਹੋ, ਪਰ ਪਿਆਜ਼ਾਂ ਔਰ ਕਰੇਲਿਆਂ ਦਾ ਮੇਲ ਬਹੁਤ ਹੀ ਵਧੀਆ ਹੈ। ਪਿਆਜ਼ਾਂ ਦੇ ਨਾਲ ਨਾ ਕਰੇਲੇ ਨਾ ਥੋੜ੍ਹੇ ਜਿਹੇ ਘੱਟ ਕੌੜੇ ਲੱਗਦੇ ਨੇ, ਅਤੇ ਕਰੇਲਿਆਂ ਦਾ ਥੋੜ੍ਹਾ ਜਿਹਾ ਕੌੜਾਪਨ ਅਤੇ ਪਿਆਜ਼ਾਂ ਦੀ ਮਿਠਾਸ, ਅਤੇ ਇਹਦੇ ਵਿੱਚ ਹਜੇ ਮੈਂ ਇੱਕ ਚੀਜ਼ ਹੋਰ ਪਾਉਣੀ ਹੈ, ਅਨਾਰਦਾਨਾ, ਉਹਦੀ ਖਟਾਸ, ਇਹ ਸਭ ਮਿਲ ਕੇ ਨਾ ਸਬਜ਼ੀ ਨੂੰ ਇੰਨਾ ਸਵਾਦ ਬਣਾ ਦਿੰਦੇ ਨਾ ਕਿ ਜੇ ਇੱਕ ਵਾਰੀ ਖਾਓ ਤਾਂ ਫਿਰ ਮੂੰਹੋਂ ਨਹੀਂ ਲੱਥਦੀ। ਅਤੇ ਜਦੋਂ ਆਲੂ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣਗੇ ਨਾ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਇਹ ਪੀਸਿਆ ਹੋਇਆ ਅਨਾਰਦਾਨਾ। ਤੁਸੀਂ ਆਮਚੂਰ ਵੀ ਪਾ ਸਕਦੇ ਹੋ ਇਹਦੀ ਜਗ੍ਹਾ, ਚਾਟ ਮਸਾਲਾ ਵੀ ਪਾ ਸਕਦੇ ਹੋ, ਪਰ ਜੇਕਰ ਚਾਟ ਮਸਾਲਾ ਪਾਓ ਤਾਂ ਲੂਣ ਦਾ ਧਿਆਨ ਰੱਖਿਓ, ਉਹਦੇ ਵਿੱਚ ਵੀ ਲੂਣ ਹੁੰਦਾ। ਅਤੇ ਇਹ ਹੁਣ ਅਨਾਰਦਾਨੇ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਇਹ ਸਾਡੀ ਸਬਜ਼ੀ ਜਿਹੜੀ ਹੈ ਬਣ ਕੇ ਤਿਆਰ ਹੈ। ਕਰੇਲੇ ਆਲੂ ਪਿਆਜ਼ ਦੀ ਮਸਾਲੇਦਾਰ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੈ। ਇਹਨੂੰ ਤੁਸੀਂ ਪਰੌਂਠਿਆਂ ਨਾਲ ਖਾਓ, ਪ੍ਰਸ਼ਾਦੇ ਨਾਲ ਖਾਓ, ਜਾਂ ਦਾਲ ਚੌਲਾਂ ਨਾਲ ਸਾਈਡ ਡਿਸ਼ 'ਤੇ ਬਣਾਓ, ਇਹ ਬਹੁਤ ਹੀ ਸਵਾਦ ਲੱਗਦੀ ਹੈ। ਧਨੀਏ ਨੂੰ ਮਿਕਸ ਕਰ ਦੇਵਾਂਗੇ, ਅਤੇ ਹਜੇ ਵੀ ਇਸ ਤਰ੍ਹਾਂ ਕਰੇਲਿਆਂ ਨੂੰ ਧਾਗਾ ਬੰਨ ਕੇ ਕਰੇਲੇ ਕੌਣ ਕੌਣ ਬਣਾਉਂਦਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਸਰਵ ਕਰਨ ਲੱਗਿਆ ਪਹਿਲਾਂ ਕਰੇਲਿਆਂ ਤੋਂ ਧਾਗੇ ਉਤਾਰਿਓ, ਅਤੇ ਫਿਰ ਇਹ ਸਬਜ਼ੀ ਨੂੰ ਇੰਜੋਏ ਕਰਿਓ।